ਅਨਪਾਗੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਵਿਨੀਪੈਗ ਦੇ ਵਿੱਚ ਜਿੱਥੇ ਇੱਕ ਪੰਜਾਬਣ ਦੀ ਮੌਤ ਹੋ ਜਾਂਦੀ ਹੈ ਨਿੱਕੇ-ਨਿੱਕੇ ਬੱਚਿਆਂ ਨੂੰ ਛੱਡ ਕੇ ਸੰਸਾਰ ਨੂੰ ਅਲਵਿਦਾ ਆਖ ਗਈ ਹੈ ਇਹ ਪੰਜਾਬਣ ਔਰ ਇੱਕ ਭਿਆਨਕ ਸੜਕ ਹਾਦਸੇ ਨੇ ਇਸ ਦੀ ਜਾਨ ਲੈ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਸੀ ਪੰਜਾਬਣ ਔਰ 2012 ਦੇ ਵਿੱਚ ਲਗਭਗ ਕੈਨੇਡਾ ਗਏ ਸੀ ਪੀਆਰਸੀ ਸਾਰਾ ਪਰਿਵਾਰ ਔਰ ਉੱਥੇ ਰਹਿ ਰਿਹਾ ਸੀ ਔਰ ਜਦੋਂ ਮੋਗਾ ਦੇ ਪਿੰਡ ਰੋਲੀ ਦੇ ਵਿੱਚ ਇਸ ਤਰ੍ਹਾਂ ਮੌਤ ਦੀ ਸੂਚਨਾ ਪਹੁੰਚਦੀ ਹੈ ਖਬਰ ਪਹੁੰਚਦੀ ਹੈ ਤਾਂ ਮਾਤਮ ਦਾ ਮਾਹੌਲ ਛਾਇਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਪੰਜਾਬਣ ਦੀ ਆਪਣੇ ਪੂਰੇ ਪਰਿਵਾਰ ਦੇ ਨਾਲ ਤਸਵੀਰਾਂ ਨੇ ਜੋ ਸਾਡੇ ਤੱਕ ਪਹੁੰਚੀਆਂ ਨੇ ਜਿਸ ਦੀ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੱਸਿਆ ਜਾ ਰਿਹਾ ਕਿ ਮੋਗਾ ਦੇ ਪਿੰਡ ਰੋਲੀ ਦੀ ਰਹਿਣ ਵਾਲੀ ਇਹ ਪੰਜਾਬਣ ਜਿਸ ਦੀ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਭਿਆਨਕ ਸੜਕ ਹਾਦਸੇ ਦਰਮਿਆਨ ਮੌਤ ਹੋਈ ਆਪਣੇ ਕੰਮ ਤੋਂ ਵਾਪਸ ਆਪਣੀ ਕਾਰ ਤੇ ਘਰ ਜਾ ਰਹੀ ਸੀ ਤਾਂ ਗਲਤ ਸਾਈਡ ਲਾ ਜਾ ਕੇ ਤੇ ਸਿਰਫਤਾਰ ਗੱਡੀ ਜਦੋਂ ਗੱਡੀ ਦੇ ਵਿੱਚ ਮਾਰੀ ਗਈ ਤਾਂ ਸਰਬਜੀਤ ਕੌਰ ਦੀ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਰੋਲੀ ਵਿਖੇ ਵਿਆਹੀ ਹੋਈ ਸੀ 2012 ਦੇ ਵਿੱਚ ਆਪਣੇ ਪਤੀ ਔਰ ਦੋ ਬੱਚਿਆਂ ਦੇ ਨਾਲ ਕੈਨੇਡਾ ਗਈ ਸੀ ਕੈਨੇਡਾ ਦੇ ਵਿੱਚ ਪੀਆਰਸੀ ਵ੍ਰਿਤਿਕ ਦੇ ਬੇਟਾ ਤੇ ਬੇਟੀ ਸੀ ਔਰ ਜਿਸ ਤਰ੍ਹਾਂ ਹੀ ਇਸ ਘਟਨਾ ਦਾ ਪਤਾ ਚੱਲਦਾ ਤਾਂ ਮਾਤਮ ਦਾ ਮਾਹੌਲ ਛਾ ਜਾਂਦਾ ਤਸਰਪਜੀਤ कौर ਜੋ ਪਿੰਡ ਰੋਲੀ ਦੀ ਰਹਿਣ ਵਾਲੀ ਸੀ ਔਰ 2012 ਤੋਂ ਕੈਨੇਡਾ ਰਹਿ ਰਹੀ ਸੀ ਆਪਣੇ ਪਰਿਵਾਰ ਸਮੇਤ ਉੱਥੇ ਸੈਟਲ ਹੋਈ ਸੀ ਔਰ ਇਸ ਵਿਚਕਾਰ ਉਸ ਤੇ ਮੌਤ ਦੀ ਖਬਰ ਪਿੰਡ ਵਿੱਚ ਪਹੁੰਚੀ ਤਾਂ ਮਾਤਮ ਦਾ ਮਾਹੌਲ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੱਸਦਾ ਵਸਦਾ ਪਰਿਵਾਰ ਉੱਜੜ ਗਿਆ ਹੈ ਤਸਵੀਰਾਂ ਦੇ ਵਿੱਚ ਪੂਰਾ ਪਰਿਵਾਰ ਜੋ ਤੁਹਾਨੂੰ ਹੱਸਦਾ ਖੇਡਦਾ ਨਜ਼ਰ ਆਏਗਾ ਇਹਨਾਂ ਦੀ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਨੇ ਮਾਸੂਮ ਬੱਚਿਆ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਨਿੱਕੇ ਨਿੱਕੇ ਬੱਚੇ ਉਮਰ ਲਗਭਗ ਤੁਸੀਂ ਦੇਖ ਸਕਦੇ ਹੋ 10 ਤੋਂ 15 ਸਾਲ ਇਹਨਾਂ ਬੱਚਿਆਂ ਦੀ ਉਮਰ ਦਿਖਣ ਚ ਲੱਗ ਰਹੀ ਔਰ ਇਹਨਾਂ ਬੱਚਿਆ ਦਿਮਾਗ ਦੀ ਮੌਤ ਹੋ ਗਈ ਹੈ ਤੇ ਇੱਕ ਸੜਕ ਹਾਦਸੇ ਨੇ ਜਾਨ ਲੈ ਲਈ ਔਰ ਗਲਤੀ ਸਿਰਫ ਇੰਨੀ ਕੀ ਸਪੀਡ ਤੇਜ਼ ਸੀ ਗੱਡੀ ਦੀ ਤਾਂ ਐਕਸੀਡੈਂਟ ਹੁੰਦੇ ਔਰ ਹਾਦਸੇ ਦੇ ਵਿੱਚ ਇਸ ਪੰਜਾਬਣ ਦੀ ਜਾਨ ਚਲੀ ਜਾਂਦੀ ਹੈ ਹੱਸਦਾ ਬਸਦਾ ਪਰਿਵਾਰ ਉੱਜੜ ਜਾਂਦਾ ਹੈ ਖੁਸ਼ੀਆਂ ਗਮ ਦੇ ਵਿੱਚ ਬਦਲ ਜਾਂਦੀਆਂ ਨੇ ਮਾਸੂਮ ਬੱਚਿਆਂ ਨੂੰ ਛੱਡ ਕੇ ਇਹ ਔਰਤ ਚਲੀ ਗਈ ਔਰ ਭਿਆਨਕ ਸੜਕ ਹਾਦਸੇ ਨੇ ਇਸਦੀ ਜਾਨ ਲੈ ਲਈ ਹੈ ਤਾਂ ਸੂਚਨਾ ਪਿੰਡ ਤੱਕ ਪਹੁੰਚੀ ਔਰ ਮਾਤਮ ਦਾ ਮਾਹੌਲ ਹੈ ਕੋਈ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਰਪਜੀਤ ਕੌਰ ਦੀ ਇੱਕ ਹਾਦਸੇ ਨੇ ਜਾਨ ਲੈ ਲਈ ਹੈ ਵਿਨੀਪੈਗ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦਰਮਿਆਨ ਇਸ ਪੰਜਾਬਣ ਦੀ ਮੌਤ ਹੋ ਗਈ ਔਰ ਪਿੱਛੇ ਆਪਣੇ ਪਤੀ ਨੂੰ 마ਸੂਮ ਬੱਚਿਆਂ ਨੂੰ ਛੱਡ ਗਈ ਹੈ ਬੇਟਾ ਔਰ ਬੇਟੀ ਸੀ ਇਸ ਪੰਜਾਬਣ ਦੇ ਸਰਬਜੀਤ ਕੌਰ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ 마ਸੂਮ ਬੱਚਿਆਂ ਨੂੰ ਪਿੱਛੇ ਛੱਡ ਗਈ ਹੈ ਔਰ ਪੂਰਾ ਪਰਿਵਾਰ ਉਜੜ ਗਿਆ ਹੈ ਇਹਨਾਂ ਬੱਚਿਆਂ ਦੀ ਮਾਂ ਨਹੀਂ ਰਹੀ ਇਸ ਦੁਨੀਆ ਦੇ ਵਿੱਚ ਹੰਝੂ ਅੱਖਾਂ ਚੋਂ ਨਹੀਂ ਰੁਕਰੇ ਤ ਤਸਵੀਰਾਂ ਤੁਹਾਨੂੰ ਦਿਖਾ ਰਿਆ ਇਹ ਹੱਸਦਾ ਖੇਡਦਾ ਪਰਿਵਾਰ ਜੋ ਉਨੁੱਜੜ ਗਿਆ ਬੀਤੇ ਦਿਨੀ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਇਸ ਪੰਜਾਬਣ ਦੀ ਮੌਤ ਹੋ ਜਾਂਦੀ ਹੈ